ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਗੁਰਦਾਸਪੁਰ ਜਿਮਨੀ ਚੋਣ ਲਈ ਪਾਰਟੀ ਉਮੀਦਵਾਰ ਸੁਨੀਲ ਜਾਖੜ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੂੰ ਚੁਣੌਤੀ ਦਿੰਦੇ ਹੋਏ ਇਸ ਸੂਚਨਾ ਸਾਹਮਣੇ ਲਿਆਉਂਦੇ ਕਿਹਾ ਕਿ ਕੇਂਦਰ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਨਾਲ ਅਸਲ ਵਿੱਚ ਕਿਸ ਨੂੰ ਫਾਇਦਾ ਹੋਇਆ। ਜਾਖੜ ਨੇ ਨੋਟਬੰਦੀ ਦੇ ਪ੍ਰਭਾਵ ਬਾਰੇ ਸਪਸ਼ਟੀਕਰਨ ਜੇਟਲੀ ਤੋਂ ਮੰਗਿਆ ਜੋ ਗੁਰਦਾਸਪੁਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਵਰਨ ਸਲਾਰੀਆ ਦੀ ਚੋਣ ਮੁਹਿੰਮ ਆਰੰਭਣ ਜਾ ਰਹੇ ਨੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੋਦੀ ਦੇ ਸ਼ਾਸਨ ਦੌਰਾਨ ਆਮ ਆਦਮੀ ਨੂੰ ਤਿੰਨ ਡੰਗ ਦੀ ਰੋਟੀ ਲਈ ਬੁਰੀ ਤਰ੍ਹਾਂ ਸੰਘਰਸ਼ ਕਰਨਾ ਪੈ ਰਿਹਾ, ਜਦਕਿ ਸਿਰਫ ਕਾਰਪੋਰੇਟ ਹੀ ਇਸ ਦਿਨ ਦੀਵਾਲੀ ਮਨਾਉਣਗੇ। ਜ਼ਿਕਰੇ ਖਾਸ ਹੈ ਕਿ ਸੁਨੀਲ ਜਾਖੜ ਪਠਾਨਕੋਟ ਵਿੱਚ ਆਪਣੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸਨ, ਜਿੱਥੇ ਉਹਨਾਂ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਣ ਦੀ ਗੱਲ ਕਰਦਿਆਂ ਆਪਣੀ ਜਿੱਤ ਨੂੰ ਯਕੀਨੀ ਦੱਸਿਆ। ਕਰਜ਼ਾ ਮਾਫੀ ਕੀਤੀ ਹੈ, ਗਰੀਬਾਂ ਦੇ ਜਿਹੜੇ ਬੁਢਾਪਾ ਪੈਨਸ਼ਨ ਵਧਾਈਆਂ, ਸ਼ਗਨ ਸਕੀਮ ਦੇ ਪੈਸੇ ਵਧਾਏ ਹੈ, ਇੰਡਸਟਰੀ ਨੂੰ 5 ਰੁਪਏ ਯੂਨਿਟ ਨਾਲ ਬਿਜਲੀ ਦੇਣ ਦਾ ਜੋ ਹੁੰਗਾਰਾ ਦਿੱਤਾ ਹੈ ਉਹਦੇ ਵਾਸਤੇ ਲੋਕਾਂ 'ਚ ਜੋਸ਼ ਹੈ, ਅਤੇ ਦੂਜੇ ਪਾਸੇ ਗੁੱਸਾ ਹੈ ਲੋਕਾਂ ਦੇ ਅੰਦਰ। ਉਹ ਗੁੱਸਾ ਵਪਾਰੀ ਵਰਗ ਦਾ, ਚਾਹੇ ਨੋਟਬੰਦੀ ਨੂੰ ਲੈ ਕੇ ਹੈ, ਆਹ ਜਿਹੜਾ ਹੁਣ ਇਹਨਾਂ ਨੇ GST ਲਾਗੂ ਕੀਤਾ, ਬੱਚਿਆਂ ਨੂੰ ਆਪਣੇ ਪੈਰਾਂ 'ਤੇ ਖੜੇ ਕਰਨ ਵਾਸਤੇ ਇੱਥੇ ਹੋਟਲ ਮੈਨੇਜਮੈਂਟ ਇੰਸਟੀਚਿਊਟ ਬਣਾਇਆ ਗਿਆ, ਹੋਟਲ ਮੈਨੇਜਮੈਂਟ ਇੰਸਟੀਚਿਊਟ ਸਰਦਾਰ ਬੇਨ ਸਿੰਘ ਦੇ ਯਾਦਗਾਰ 'ਚ ਇੰਜੀਨੀਅਰਿੰਗ ਕਾਲਜ ਬਣਾਏ ਗਏ, ਮਿਲਕ ਪਲਾਂਟ ਲਾਏ ਗਏ। ਪਰ ਪਿਛਲੇ 10 ਸਾਲਾਂ ਦੇ ਅੰਦਰ ਇਸ ਅਕਾਲੀ BJP ਸਰਕਾਰ ਨੇ ਕੀ ਕੀਤਾ? ਉਹ ਜਿਹੜਾ 10 ਸਾਲਾਂ ਦਾ ਪ੍ਰਕੋਪ ਸੰਤਾਪ ਜਿਹੜਾ ਝੇਲਿਆ, ਉਹਦਾ ਨੁਕਸਾਨ ਜਿਹੜਾ, ਉਹਨੂੰ ਭਰਪਾਈ ਕਰਨ ਵਾਸਤੇ ਕਾਂਗਰਸ ਸਰਕਾਰ ਦਾ ਤਤਪਰ ਹੈ।